ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਪਟਿਆਲਾ ਦੇਹਾਤੀ ਵਿਕਾਸ ਸ਼ਰਮਾ ਦੀ ਅਗਵਾਈ 'ਚ ਵਰਕਰਾਂ ਵੱਲੋਂ ਘਨੌਰ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਧਾਨ ਵਿਕਾਸ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਕੇ ਕਿਸਾਨਾਂ ਅਤੇ ਦੇਸ਼ ਦਾ ਦਿਲ ਜਿੱਤ ਲਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਕਾਨੂੰਨ ਦੇਸ਼ ਦੀ ਸੰਸਦ ਨੇ ਪਾਸ ਕੀਤੇ ਸੀ, ਪਰੰਤੂ ਕਿਸਾਨਾਂ ਅਤੇ ਦੇਸ਼ ਦੇ ਹਿੱਤ ਦੇ ਵਿੱਚ ਨਰਿੰਦਰ ਮੋਦੀ ਨੇ ਇਹ ਇਤਿਹਾਸਿਕ ਫੈਸਲਾ ਲੈਂਦੇ ਹੋਏ ਖੁਦ ਕਾਨੂੰਨਾਂ ਨੂੰ ਵਾਪਸ ਲੈ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਭਾਜਪਾ ਦੇ ਲਈ ਰਾਸ਼ਟਰ ਹਿੱਤ ਸਭ ਤੋਂ ਉੱਪਰ ਹੈ। ਆਓ ਸੁਣਦੇ ਹਾਂ ਕੀ ਕਹਿਣਾ ਸੀ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਕਾਸ ਸ਼ਰਮਾ ਘਨੌਰ ਦਾ। ਮੇਰਾ ਨਾਮ ਵਿਕਾਸ ਸ਼ਰਮਾ, ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਪਟਿਆਲਾ ਉੱਤਰੀ। ਜੀ, ਅੱਜ ਜਿਹੜਾ ਇਹ ਪ੍ਰਧਾਨ ਮੰਤਰੀ ਦਾ ਫੈਸਲਾ ਆਇਆ ਜਿਹਦੇ ਵਿੱਚ ਕਾਲੇ ਕਾਨੂੰਨ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਸੀ ਉਹਨਾਂ ਨੂੰ ਵਾਪਸ ਲਿੱਤਾ ਗਿਆ, ਇਹਦੇ ਬਾਰੇ ਕੀ ਕਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਪੰਜਾਬੀਆਂ ਨੂੰ, ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਹੀ ਪੰਜਾਬੀਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਬਾਬਾ ਨਾਨਕ ਜੀ ਦੀ ਬੜੀ ਅਪਾਰ ਕਿਰਪਾ, ਬੜੀ ਵਿਸ਼ੇਸ਼ ਕਿਰਪਾ ਅੱਜ ਹੋਈ ਹੈ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਅੱਜ ਜੋ ਤਿੰਨੇ ਜੋ ਕਾਨੂੰਨ ਸੀ ਉਹਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਅੱਜ ਸਵੇਰ ਤੋਂ ਹੀ ਵੱਖ ਵੱਖ ਪਿੰਡਾਂ ਤੋਂ ਸਾਡੇ ਕਿਸਾਨ ਵੀਰਾਂ ਦਾ, ਸਾਡੇ ਭਾਜਪਾ ਦੇ ਵਰਕਰਾਂ ਦਾ, ਹਲਕਾ ਘਨੌਰ ਤੋਂ ਵੱਖ ਵੱਖ ਪਿੰਡਾਂ ਤੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਅਤੇ ਅੱਜ ਸਾਰੇ ਹੀ ਵੱਖ ਵੱਖ ਪਿੰਡਾਂ ਤੋਂ ਸਾਡੇ ਕਿਸਾਨ ਵੀਰ, ਸਾਡੇ ਭਾਜਪਾ ਦੇ ਵਰਕਰ ਅੱਜ ਇੱਥੇ ਆਏ ਨੇ। ਅਸੀਂ ਸਾਰਿਆਂ ਨੇ ਖੁਸ਼ੀ ਮਨਾਈ ਹੈ। ਜੀ, ਹੁਣ ਜਿੱਦਾਂ ਕਿ ਅੱਗੇ ਬੀਜੇਪੀ ਦਾ ਵਿਰੋਧ ਕਰਦੇ ਸੀ ਕਿਸਾਨ, ਹੁਣ ਲੱਗਦਾ ਵੀ ਉਹ ਵਿਰੋਧ ਬੰਦ ਹੋ ਜੂਗਾ? ਪਹਿਲਾਂ ਵੀ ਕਿਸਾਨ ਵੀਰ ਸਾਡਾ ਵਿਰੋਧ ਨਹੀਂ ਕਰਦੇ ਸੀ, ਉਹ ਵੱਖ ਵੱਖ ਪੋਲੀਟੀਕਲ ਪਾਰਟੀਆਂ ਦੇ ਲੋਕ ਸੀ। ਕਿਸਾਨਾਂ ਨੇ ਤਾਂ ਪਹਿਲਾਂ ਵੀ ਵਿਰੋਧ ਨਹੀਂ ਕੀਤਾ, ਨਾ ਹੀ ਉਹ ਹੁਣ ਕਰਨਗੇ ਵਿਰੋਧ। ਕਿਸਾਨ ਸਾਡਾ ਅੰਨਦਾਤਾ ਹੈ, ਸਾਡੇ ਭਰਾ ਨੇ। ਅੱਜ ਇੱਥੇ ਵੀ ਆ ਪੰਚ ਸਾਹਿਬ ਖੜ੍ਹੇ ਨੇ, ਅਲੱਗ ਅਲੱਗ ਪਿੰਡਾਂ ਤੋਂ ਸਰਪੰਚ, ਹੋਰ ਸਾਡੇ ਕਿਸਾਨ ਵੀਰ ਖੜ੍ਹੇ ਨੇ। ਇਹ ਕਿਸਾਨ ਹੀ ਨੇ, ਇਹ ਅੰਨਦਾਤਾ ਨੇ ਸਾਡੇ। ਕਿਸਾਨਾਂ ਨੇ ਸਾਡਾ ਕਦੇ ਵਿਰੋਧ ਨਹੀਂ ਕੀਤਾ, ਜੋ ਪੋਲੀਟੀਕਲ ਪਾਰਟੀਆਂ ਦੇ ਲੋਕ ਸੀ ਉਹ ਸਾਡਾ ਵਿਰੋਧ ਕਰਦੇ ਸੀ। ਹਲਕਾ ਘਨੌਰ ਤੋਂ ਮੋਹਿਤ ਕੁਮਾਰ ਦੀ ਖਾਸ ਰਿਪੋਰਟ।